ਲੀ ਜੀ ਸਾਡੇ ਪ੍ਰਾਣ ਮੇਰੇ ਭਰਾਵਾਂ ਵਾਂਗੂ ਹੈ ਉਹਨਾਂ ਦੇ ਘਰੇ ਮੈਂ ਆਇਆ ਅਤੇ ਮੈਂ MLA ਸਾਹਿਬ ਨੂੰ ਆਪਣੇ ਇਲਾਕੇ ਦੇ ਇੰਚਾਰਜ ਨੂੰ ਸਾਰਿਆਂ ਨੂੰ ਟੈਲਫੋਨ ਕੀਤਾ ਕਿ ਜਿੰਨੇ ਵਰਕਰ ਆਪਣੇ ਉਹਨਾਂ ਨਾਲ ਆਪਾਂ ਚਾਹ ਪੀਂਦੇ ਹਾਂ ਤਾਂ ਉਸ ਕਾਰਨ ਹੀ ਅਸੀਂ ਇਕੱਠੇ ਹੋਏ ਹਾਂ ਅਤੇ ਸਾਰਿਆਂ ਨਾਲ ਮਿਲ ਕੇ ਗੱਲਾਂ ਕੀਤੀਆਂ। ਪਿਛਲੇ ਦਿਨੀ ਮਾਨ ਸਰਕਾਰ ਵੱਲੋਂ ਇੱਕ ਐਲਾਨ ਕੀਤਾ ਗਿਆ ਜੋ ਵੀ ਪਿੰਡਾਂ ਵਿੱਚ ਸਰਬਸੰਮਤੀ ਨਾਲ ਜਿਹੜਾ ਹੈਗਾ ਸਰਪੰਚ ਬਣਾਉਣਗੇ ਉਹਨਾਂ ਨੂੰ ਵੱਖਰੀ 5 ਲੱਖ ਦੀ ਗ੍ਰਾਂਟ ਦਿੱਤੀ ਜਾਊਗੀ। ਕੀ ਇਹ ਰਾਜਨੀਤਿਕ ਸਟੰਟ ਜਾਂ ਦਿੱਤਾ ਜਾਊਗਾ? ਅੱਜ ਤੱਕ ਮਾਨ ਸਾਹਿਬ ਨੇ ਅਤੇ ਮਾਨ ਦੀ ਸਰਕਾਰ ਨੇ ਇਕੱਲੇ ਝੂਠ ਬੋਲੇ ਹੈ, ਸੱਚ ਇੱਕ ਗੱਲ ਨਹੀਂ ਹੋਈ। ਸੋ ਆਹ ਗੱਲ ਤੁਹਾਡੇ ਸਾਹਮਣੇ ਹੈ, ਆਹ ਵੀ ਝੂਠ ਹੀ ਹੈ। मान साहब ने क्या कल्ला मैं 6 या 800 रुपया दूंगा किले का, ये तो वड्डा मजाक कोई कर नहीं सकता। हले तक किसी नूं मुआवजा नहीं मिले, गिरफ्तारियां भी नहीं हुई हले तक। कल्ले मैं जिवें कहा पहले, कल्ले इश्तिहारां दी सरकार है, झूठ बोलन दी सरकार है। तो अज तक जो हालात बने हैं इन्ने माड़े हालात है, पर सरकार का कोई बंदा कोई अफसर जनता की सहायता वास्ते नहीं आया। थैंक यू। थैंक यू।